ਆਪਾਂ ਤੁਹਾਡੀ ਵੀਡੀਓ ਕਰੀ ਸੀ ਸਭ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਨਾ ਅਤੇ ਉਦੋਂ ਬਾਅਦ ਕਿੰਨੀ ਕੁ ਤੁਹਾਡੀ ਮਦਦ ਹੋਈ ਸੀਗੀ ਜਿਹੜੀ ਅਸੀਂ ਆਪਣੇ ਚੈਨਲ 'ਤੇ ਜਿਹੜੀ ਹੈਗੀ ਵੀਡੀਓ ਦਿਖਾਈ ਸੀ ਜਿਹੜੀ ਮਦਦ ਹੋਈ ਸੀ ਜੀ ਉਹ ਘਰ 'ਤੇ ਲਾ ਤੀ ਘਰ ਬਣਵਾ ਤਾ ਸੀਗਾ ਜੀ ਸਾਰੀ ਮਦਦ ਜਿਹੜੀ ਮਦਦ ਹੋਈ ਸੀ ਹੁਣ ਵੀ ਉਹ ਜਿਹੜੇ ਲੋਕ ਮਦਦ ਕਰ ਰਹੇ ਨੇ ਉਹਨਾਂ 'ਚੋਂ ਕੋਈ ਹਾਂਜੀ ਕੰਕਲੇ ਕਰ ਰਹੇ ਆ ਮਹੀਨੇ ਦੇ ਬਾਅਦ ਮਹੀਨੇ ਬਾਅਦ 1500 ਰੁਪਏ ਭੇਜ ਦਿੰਦੇ ਹੁਣ ਕੀ ਕਰਦੇ ਹੋ ਕਿ ਲਾਉਂਦੇ ਹੋ ਸਬਜ਼ੀ ਵਗੈਰਾ ਦੀ ਰੇੜੀ ਲਾ ਰਹੇ ਹੋ ਜਾਂ ਸਿਰਫ ਪੜ੍ਹਦੇ ਹੋ ਹੁਣ ਜੀ ਬੰਦ ਕੀਤੀ ਹੋਈ ਆ ਸਬਜ਼ੀਆਂ ਮਹਿੰਗੀਆਂ ਹੋਈਆਂ ਹੋਈਆਂ ਘਰਿਓ ਹੁੰਦਾ ਜੀ ਹਾਂਜੀ ਕੋਈ ਕੰਮ ਦੇਖਦਾ ਪਏ ਪੈਨਸ਼ਨ ਵਗੈਰਾ ਲਗਾਈ ਸੀ ਉਸ ਤੋਂ ਬਾਅਦ ਸਰਕਾਰ ਨੇ ਕੋਈ ਤੁਹਾਡੀ ਹਾਂਜੀ ਮੈਨੂੰ ਲੱਗੀ ਹੋਈ ਆ ਪੈਨਸ਼ਨ 2 ਮਹੀਨੇ ਬਾਅਦ ਆ ਜਾਂਦੀ ਪੈਨਸ਼ਨ ਨਾਲ ਘਰ ਦਾ ਗੁਜ਼ਾਰਾ ਚੱਲ ਜਾਂਦਾ ਮਾੜਾ ਮੋਟਾ ਚੱਲ ਜਾਂਦਾ ਜੀ ਕਈ ਵਾਰ ਤਾਂ ਸਬਜ਼ੀ ਵੀ ਨਹੀਂ ਬਣਦੀ ਕਦੇ ਸਰਕਾਰ ਵੱਲੋਂ ਸੁਣਨ 'ਚ ਆਇਆ ਸੀ ਵੀ ਕੋਈ ਮਦਦ ਮਿਲੀ ਹੈ ਅਤੇ ਕੀ ਮਦਦ ਉਹ ਮਿਲੀ ਹੈ ਤੁਹਾਡੇ ਤੱਕ ਪਹੁੰਚੀ ਹੈ ਕਿ ਨਹੀਂ ਪਹੁੰਚੀ ਹਾਂਜੀ ਸਰਕਾਰ ਵੱਲੋਂ ਸਾਨੂੰ ਆਇਆ ਸੀ ਕਿ ਕਹਿੰਦੇ ਵੀ 2 ਲੱਖ ਰੁਪਇਆ ਤੁਹਾਡਾ ਆ ਗਿਆ ਹੈ ਪਰ ਸਾਨੂੰ ਮਿਲਿਆ ਨਹੀਂ ਗਾ ਜੀ ਉਹਨਾਂ ਨੇ ਸਾਤੋਂ ਸਾਈਨ ਵੀ ਕਰਵਾਏ ਹੈ ਅਤੇ ਸਾਈਨ ਕਰਵਾ ਕੇ ਅੰਦਰ ਉਹ ਕਾਗਜ਼ ਕੁਗਜ਼ ਦੇ ਕੇ ਆਏ ਦਫ਼ਤਰ 'ਚ ਪਰ ਸਾਨੂੰ ਨਹੀਂ ਪੈਸੇ ਮਿਲੇ ਹੈਗੇ ਸਾਨੂੰ ਦੱਸਣ ਦੇ ਵੀ ਮਨਾ ਕੀਤਾ ਵੀ ਕਿਸੇ ਨੂੰ ਨਾ ਦੱਸਿਓ ਕਹਿੰਦੇ ਰਿਪੋਰਟਰ ਆਊਗਾ ਕੋਈ ਉਹਨੂੰ ਵੀ ਨਾ ਦੱਸਿਓ ਵੀ ਆਪਣੇ ਬੱਚਿਆਂ ਤੱਕ ਨੂੰ ਨਾ ਦੱਸਿਓ ਵੀ ਤੁਹਾਨੂੰ 2 ਲੱਖ ਰੁਪਇਆ ਮਿਲਿਆ ਕਰਨ ਔਜਲਾ ਨੇ ਪਹੁੰਚ ਕੀਤੀ ਹੈ ਤੁਹਾਡੇ ਤੱਕ ਮਦਦ ਲਈ ਉਹਨਾਂ ਨੇ ਉਹ ਮਦਦ ਲਈ ਆਏ ਨੇ ਤੁਹਾਡੇ ਕੋਲ ਨਹੀਂ ਜੀ ਕੋਈ ਨਹੀਂ ਆਇਆ ਹੈਗਾ ਸਾਨੂੰ ਜੀ ਉਦਾਂ ਕਹਿੰਦੇ ਵੀ ਸਾਨੂੰ 1 ਲੱਖ ਰੁਪਇਆ ਦਿੱਤਾ ਕਰਨ ਔਜਲੇ ਨੇ ਕੋਈ ਹੈਲਪ ਨਹੀਂ ਆਈ ਸਾਨੂੰ ਬੱਚਿਆਂ ਨੂੰ ਸਾਡੇ ਨੂੰ ਬਹੁਤ ਪਰੇਸ਼ਾਨ ਕੀਤਾ ਲੋਕਾਂ ਨੇ ਕਹਿੰਦੇ ਵੀ ਤੈਨੂੰ ਕੰਮ ਕਰਨ ਦੀ ਕੀ ਲੋੜ ਹੈ ਤੈਨੂੰ ਕਰਨ ਔਜਲੇ ਨੇ ਇੰਨੇ ਪੈਸੇ ਦੇ ਤੇ ਤੂੰ ਘਰ ਬੈਠ ਕੇ ਖਾ ਇੰਨਾ ਪਰੇਸ਼ਾਨ ਕੀਤਾ ਜੀ ਉਹਨਾਂ ਨੇ ਲੋਕਾਂ ਨਾਲ ਸਾਨੂੰ ਇਸ ਉਮਰ ਦੇ ਬੱਚੇ ਸਵੇਰੇ ਸਵੇਰੇ ਸੁੱਤੇ ਹੁੰਦੇ ਨੇ ਕਿਉਂਕਿ ਉੱਠਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਲੇਕਿਨ ਲਵਪ੍ਰੀਤ ਕਿਵੇਂ ਨਿਕਲਦਾ ਇੰਨੀ ਸਵੇਰੇ ਹਾਂਜੀ ਜਦੋਂ ਇੱਕ ਹਾਕ ਤੇ ਉੱਠ ਕੱਢਦਾ ਤਾਂ ਜੀ ਇਹਨੂੰ ਪਤਾ ਮੈਨੇ ਕੰਮ ਤੇ ਜਾਣਾ ਹੈ ਸਵੇਰੇ ਇੱਕ ਹਾਕ ਮਾਰੋ ਤਾਂ ਜਲਦੀ ਹਾਂਜੀ ਘਰ ਦੀ ਮਜਬੂਰੀ ਕਰਕੇ ਥੋੜਾ ਜਿਹਾ ਉੱਤੇ ਤੁਹਾਡੀ 66 KV ਲਾਈਨਾਂ ਨਿਕਲਦੀਆਂ ਨੇ ਬਿਜਲੀ ਦੀਆਂ ਇਹਦੀ ਤੁਸੀਂ ਕਦੀ ਸ਼ਿਕਾਇਤ ਨਹੀਂ ਕੀਤੀ ਹੈਗੀ ਕੀਤੀ ਹੈ ਮੇਰੀ ਵੱਡੀ ਕੁੜੀ ਦੀ ਡੈਥ ਹੋ ਗਈ ਹੈ ਸਤਾਰ ਨਾਲੇ ਡੈਥ ਹੋ ਗਈ ਕੋਠੇ ਪੈ ਗਈ ਸੀ ਮਤਲਬ ਬਹੁਤ ਉੱਚੀ ਤਾਰ ਨਾਲ ਹੀ ਖਿੱਚ ਲਿਆ ਸੀਗਾ ਜੀ ਮੇਰੀ ਲੜਕੀ ਨੂੰ ਜੀ ਇਸ ਕਰਕੇ ਅਸੀਂ ਕੰਪਲੇਨ ਵੀ ਕੀਤੀ ਉਹ ਸਾਨੂੰ ਖੁਦ ਕਹਿੰਦੇ ਤੁਸੀਂ ਆਪ ਜ਼ਿੰਮੇਵਾਰ ਹੈ ਉਹਨਾਂ ਨੇ ਕੋਈ ਵੀ ਐਕਸ਼ਨ ਨਹੀਂ ਲਿਆ ਹੈਗਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਲਖਵਿੰਦਰ ਲੱਕੀ ਦਰਸ਼ਕੋ ਤੁਹਾਨੂੰ ਯਾਦ ਹੋਣਾ ਕੁਝ ਮਹੀਨੇ ਪਹਿਲਾਂ ਲਾਕਡਾਊਨ ਦੇ ਵਿੱਚ ਸਾਡੇ ਵੱਲੋਂ ਇੱਕ ਵੀਡੀਓ ਦਿਖਾਈ ਗਈ ਸੀ ਛੋਟੇ ਜਿਹੇ ਬੱਚੇ ਲਵਪ੍ਰੀਤ ਦੀ ਲਵਪ੍ਰੀਤ ਉਹ ਬੱਚਾ ਸੀ ਜਿਹੜਾ ਗਲੀ ਗਲੀ ਵੇਚ ਸਬਜ਼ੀ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਿਆ ਸੀ ਬੜੀ ਛੋਟੀ ਉਮਰ ਸੀ ਉਸ ਬੱਚੇ ਦੀ ਅਤੇ ਅੱਜ ਇੱਕ ਵਾਰੀ ਫਿਰ ਅਸੀਂ ਉਸਦੇ ਘਰ ਪਹੁੰਚੇ ਹਾਂ ਲਵਪ੍ਰੀਤ ਦੇ ਕੀ ਹਾਲਾਤ ਨੇ ਉਦੋਂ ਬਾਅਦ ਕਿੰਨਾ ਕੁ ਚੇਂਜ ਆਇਆ ਉਹਦੇ ਜਿਹੜੀ ਹੈਗੀ ਜ਼ਿੰਦਗੀ 'ਚ ਉਹਦੇ ਲਈ ਅਸੀਂ ਜਿਹੜੀ ਹੈ ਉਹਦੇ ਘਰ ਪਹੁੰਚੇ ਹਾਂ ਸਭ ਤੋਂ ਪਹਿਲਾਂ ਘਰ 'ਚ ਐਂਟਰ ਕਰਨ ਤੋਂ ਪਹਿਲਾਂ ਤੁਹਾਨੂੰ ਕੁਝ ਤਸਵੀਰਾਂ ਦਿਖਾਉਣੀਆਂ ਚਾਹਾਂਗੇ ਉੱਪਰੋਂ 66 KV ਦੀ ਲਾਈਨ ਨਿਕਲ ਰਹੀ ਹੈ ਇਸ ਘਰ ਦੇ ਉੱਪਰੋਂ ਔਰ ਹੋਰ ਘਰਾਂ ਦੇ ਉੱਪਰੋਂ 66 KV ਯਾਨੀ ਇੱਕ ਤਰ੍ਹਾਂ ਉੱਪਰ ਖਤਰੇ ਦੀ ਲਾਈਨ ਲੰਘ ਰਹੀ ਹੈ ਯਾਨੀ ਇਹਦੇ ਨਾਲ ਇੰਨੀ ਦੂਰੋਂ ਕਿਹਾ ਜਾਂਦਾ ਕਿ ਦੂਰੋਂ ਹੀ ਇਹ ਜਿਹੜੀ ਹੈਗੀ ਹੈ ਖਿੱਚ ਲੈਂਦੀ ਹੈ ਹਾਦਸਿਆਂ ਦਾ ਕਾਰਨ ਬਣਦੀ ਹੈ ਤਾਂ ਬਾਕੀ ਗੱਲਬਾਤ ਅਸੀਂ ਜਾਰੀ ਰੱਖਾਂਗੇ ਲਵਪ੍ਰੀਤ ਦੇ ਘਰ ਪਹੁੰਚੇ ਹਾਂ ਅਤੇ ਕਾਫੀ ਸਮੇਂ ਬਾਅਦ ਦੁਬਾਰਾ ਉਹਨਾਂ ਨਾਲ ਜਿਹੜੀ ਹੈਗੀ ਹੈ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਤਾਂ ਘਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਵਪ੍ਰੀਤ ਉਹ ਬੱਚਾ ਜਿਹਦੀ ਅਸੀਂ ਕੁਝ ਸਮਾਂ ਪਹਿਲਾਂ ਜਿਹੜੀ ਹੈਗੀ ਹੈ ਵੀਡੀਓ ਦਿਖਾਈ ਸੀ ਲਵਪ੍ਰੀਤ ਕੀ ਹਾਲ ਹੈ ਬੇਟੇ ਠੀਕ ਹੋ ਤੁਸੀਂ ਸਸੀ ਅੰਕਲ ਹੋਰ ਕਿਵੇਂ ਚੱਲ ਰਹੀ ਹੈ ਪੜ੍ਹਾਈ ਕਿਵੇਂ ਚੱਲ ਰਹੀ ਹੈ ਦੱਸੋ ਬੇਟੇ ਪਹਿਲੇ ਪੜ੍ਹਾਈ ਠੀਕ ਚੱਲ ਰਹੀ ਹੈ ਹਾਂਜੀ ਕਿਹੜੀ ਕਲਾਸ 'ਚ ਹੋ ਤੁਸੀਂ ਹੁਣ ਮੈਂ 10th ਕਲਾਸ 'ਚ ਹਾਂਜੀ ਤੁਹਾਨੂੰ ਬੇਟੇ ਆਪਾਂ ਤੁਹਾਡੀ ਵੀਡੀਓ ਕਰੀ ਸੀ ਸਭ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਨਾ ਅਤੇ ਉਦੋਂ ਬਾਅਦ ਕਿੰਨੀ ਕੁ ਤੁਹਾਡੀ ਮਦਦ ਹੋਈ ਸੀਗੀ ਜਿਹੜੀ ਅਸੀਂ ਆਪਣੇ ਚੈਨਲ 'ਤੇ ਜਿਹੜੀ ਵੀਡੀਓ ਦਿਖਾਈ ਸੀਗੀ ਜਿਹੜੀ ਮਦਦ ਹੋਈ ਸੀ ਜੀ ਉਹ ਘਰ 'ਤੇ ਲਾ ਤੀ ਘਰ ਬਣਵਾ ਤਾ ਸੀਗਾ ਜੀ ਸਾਰੀ ਮਦਦ ਜਿਹੜੀ ਮਦਦ ਹੋਈ ਸੀਗੀ ਹਾਂਜੀ ਅਤੇ ਜਿਹੜੇ ਫੋਨ ਵਗੈਰਾ ਆਉਂਦੇ ਰਹੇ ਨੇ ਕਿੰਨੇ ਕੁ ਸਮੇਂ ਤੱਕ ਤੁਹਾਨੂੰ ਜਿਹੜੀ ਹੈਗੀ ਮਦਦ ਆਉਂਦੀ ਰਹੀ ਕਿ ਹੁਣ ਵੀ ਉਹ ਜਿਹੜੇ ਲੋਕ ਮਦਦ ਕਰ ਰਹੇ ਨੇ ਉਹਨਾਂ 'ਚੋਂ ਕੋਈ ਹਾਂਜੀ ਕੰਕਲੇ ਕਰ ਰਹੇ ਆ ਮਹੀਨੇ ਦੇ ਬਾਅਦ ਮਹੀਨੇ ਬਾਅਦ 1500 ਰੁਪਏ ਭੇਜ ਦਿੰਦੇ ਹਾਂਜੀ ਹੋਰ ਕਿੱਥੋਂ ਕਿੱਥੋਂ ਮਦਦ ਆਈ ਸੀਗੀ ਕੋਈ ਬਾਹਰੋਂ ਕੋਈ ਦੇਸ਼ਾਂ ਵਿਦੇਸ਼ਾਂ ਤੋਂ ਹਾਂਜੀ ਬਾਹਰੋਂ ਲੋਕਾਂ ਨੇ ਮਦਦ ਕੀਤੀ ਸੀਗੀ ਘਰ ਬਣਵਾਏ ਹਾਂਜੀ
ਹੁਣ ਕੀ ਕੀ ਹੁਣ ਕੀ ਕਰਦੇ ਹੋ, ਲਾਉਂਦੇ ਹੋ ਸਬਜ਼ੀ ਵਗੈਰਾ ਦੀ ਰੇੜੀ ਲਾ ਰਹੇ ਹੋ ਜਾਂ ਸਿਰਫ ਪੜ੍ਹਦੇ? ਹੁਣ ਜੀ ਬੰਦ ਕੀਤੀ ਹੋਈ ਆ, ਸਬਜ਼ੀਆਂ ਮਹਿੰਗੀਆਂ ਹੋਈਆਂ ਹੋਈਆਂ, ਘਰਿਓ ਹੁੰਦਾ ਜੀ। ਹਾਂਜੀ, ਕੋਈ ਕੰਮ ਦੇਖਦਾ ਪਿਆ। ਇੰਨੀ ਤੁਹਾਡੀ ਮਦਦ ਵੀ ਹੋਈ ਹੈ, ਲੇਕਿਨ ਹਾਲੇ ਵੀ ਤੁਹਾਨੂੰ ਕੰਮ ਕਰਨਾ ਪੈ ਰਿਹਾ। ਕੋਈ ਪੈਨਸ਼ਨ ਵਗੈਰਾ ਲਗਾਈ ਸੀ ਉਸ ਤੋਂ ਬਾਅਦ ਸਰਕਾਰ ਨੇ ਕੋਈ ਤੁਹਾਡੀ? ਹਾਂਜੀ, ਮੈਨੂੰ ਲੱਗੀ ਹੋਈ ਆ ਪੈਸੇ ਜੀ, 2 ਮਹੀਨੇ ਬਾਅਦ ਆ ਜਾਂਦੀ ਜੀ। ਪੈਨਸ਼ਨ ਨਾਲ ਘਰ ਦਾ ਗੁਜ਼ਾਰਾ ਚੱਲ ਜਾਂਦਾ? ਘਰ ਦਾ ਤੋਰੀ ਫੁਰਕਾ ਚੱਲਦਾ ਕਿ ਨਹੀਂ ਚੱਲਦਾ? ਮਾੜਾ ਮੋਟਾ ਚੱਲ ਜਾਂਦਾ ਜੀ, ਕਈ ਵਾਰ ਤਾਂ ਸਬਜ਼ੀ ਵੀ ਨਹੀਂ ਬਣਦੀ ਕਦੇ। ਹਾਂਜੀ, ਅਤੇ ਹੋਰ ਕੋਈ ਜਿਵੇਂ ਹੈਗੇ ਸਰਕਾਰੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਹ ਆਏ ਨੇ ਉਦੋਂ ਬਾਅਦ ਕਿ ਬਸ ਉਸ ਤੋਂ ਬਾਅਦ ਹੀ ਖਤਮ ਹੋ ਗਿਆ ਕੰਮ? ਨਹੀਂ, ਉਹ ਤੋਂ ਬਾਅਦ ਤਾਂ ਕੋਈ ਨਹੀਂ ਆਇਆ। ਹਾਂਜੀ, ਤਾਂ ਲਵਪ੍ਰੀਤ ਦੇ ਜਿਹੜੇ ਹੈਗੇ ਮਾਤਾ ਜੀ ਉਹ ਵੀ ਇੱਥੇ ਮੌਜੂਦ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਭੈਣ ਜੀ, ਆਪਾਂ ਤੁਹਾਡੀ ਸਭ ਤੋਂ ਪਹਿਲਾਂ ਵੀਡੀਓ ਕਰੀ ਸੀ ਅਸੀਂ ਆਪਣੇ ਚੈਨਲ 'ਤੇ ਦਿਖਾਈ ਸੀਗੀ, ਅਤੇ ਸਰਕਾਰ ਵੱਲੋਂ ਸੁਣਨ 'ਚ ਆਇਆ ਸੀ ਵੀ ਕੋਈ ਮਦਦ ਮਿਲੀ ਹੈ, ਅਤੇ ਕੀ ਮਦਦ ਉਹ ਮਿਲੀ ਹੈ, ਤੁਹਾਡੇ ਤੱਕ ਪਹੁੰਚੀ ਹੈ ਕਿ ਨਹੀਂ ਪਹੁੰਚੀ? ਹਾਂਜੀ, ਸਰਕਾਰ ਵੱਲੋਂ ਸਾਨੂੰ ਆਇਆ ਸੀਗਾ, ਕਹਿੰਦੇ ਵੀ 2 ਲੱਖ ਰੁਪਇਆ ਤੁਹਾਡਾ ਆ ਗਿਆ ਹੈ, ਪਰ ਸਾਨੂੰ ਮਿਲਿਆ ਨਹੀਂ ਗਾ ਜੀ। ਅਸੀਂ ਗਏ ਵੀ ਹੈ ਉੱਥੇ ਪਤਾ ਕਰਨ, ਜਿਸ ਦਿਨ ਕਹਿੰਦੇ ਵੀ 2 ਲੱਖ ਰੁਪਇਆ ਆਇਆ ਉਸ ਦਿਨ ਸਾਨੂੰ ਬੁਲਾਇਆ ਵੀ ਹੈ ਉਹਨਾਂ ਨੇ ਸਾਡੇ ਤੋਂ ਸਾਈਨ ਵੀ ਕਰਵਾਏ ਹੈ, ਅਤੇ ਸਾਈਨ ਕਰਵਾ ਕੇ ਅੰਦਰ ਉਹ ਕਾਗਜ਼ ਕੁਗਜ਼ ਦੇ ਕੇ ਆਏ ਦਫ਼ਤਰ 'ਚ, ਪਰ ਸਾਨੂੰ ਨਹੀਂ ਪੈਸੇ ਮਿਲੇ ਹੈਗੇ। ਪਹਿਲਾਂ ਕਹਿੰਦੇ ਬੱਚਿਆਂ ਨੂੰ ਦੇਵਾਂਗੇ, ਬੱਚਿਆਂ ਦੇ ਮਤਲਬ ਉੱਥੇ ਸਕੂਲ 'ਚ ਪਾਵਾਂਗੇ ਅਕਾਊਂਟ 'ਚ, ਫਿਰ ਉਹ ਕਹਿੰਦੇ ਵੀ ਪ੍ਰਾਇਮਰੀ 'ਚ ਪੜ੍ਹਦੇ, ਸਰਕਾਰੀ 'ਚ ਪੜ੍ਹਦੇ, ਇਸ ਕਰਕੇ ਉਹਦੀ ਬੱਚੇ ਦੀ ਮਾਂ ਨੂੰ ਦੇ ਦਿਓ 2 ਲੱਖ ਰੁਪਇਆ। ਫਿਰ ਮੈਂ ਉਹਨਾਂ ਨੇ, ਸਰ ਮੈਨੂੰ ਵੀ ਨਹੀਂ ਦਿੱਤੇ ਹੈਗੇ 2 ਲੱਖ ਰੁਪਇਆ ਜੀ। ਸਾਨੂੰ ਦੱਸਣ ਦੇ ਵੀ ਮਨਾ ਕੀਤਾ ਵੀ ਕਿਸੇ ਨੂੰ ਨਾ ਦੱਸਿਓ, ਕਹਿੰਦੇ ਰਿਪੋਰਟਰ ਆਊਗਾ ਕੋਈ ਉਹਨੂੰ ਵੀ ਨਾ ਦੱਸਿਓ, ਵੀ ਆਪਣੇ ਬੱਚਿਆਂ ਤੱਕ ਨੂੰ ਨਾ ਦੱਸਿਓ ਵੀ ਤੁਹਾਨੂੰ 2 ਲੱਖ ਰੁਪਇਆ ਮਿਲਿਆ। ਉਹ ਤੋਂ ਬਾਅਦ ਦੇਖੋ ਹੁਣ ਕਿੰਨੇ 6-7 ਮਹੀਨੇ ਹੋ ਗਏ ਸਾਨੂੰ ਮਿਲਿਆ ਨਹੀਂ 2 ਲੱਖ ਰੁਪਇਆ। ਅਸੀਂ ਜਾ ਵੀ ਆਏ, ਸਾਡੀ ਵੱਡੀ ਬੇਟੀ ਬੈਠੀ ਹੈ ਪੜ੍ਹਨੇ 'ਤੇ, ਅਸੀਂ ਕਹਿੰਦੇ ਵੀ ਚਲੋ ਪੜ੍ਹਾ ਦਾਂਗੇ ਬੱਚਿਆਂ ਦੀ ਜ਼ਿੰਦਗੀ ਬਣ ਜੂਗੀ, ਪਰ ਨਹੀਂ ਜੀ, ਉਹਨਾਂ ਨੇ ਸਾਨੂੰ ਸਾਫ਼ ਹੀ ਇਨਕਾਰ ਕਰਤਾ, ਕਹਿੰਦੇ ਵੀ ਤੁਹਾਡਾ 2 ਲੱਖ ਰੁਪਇਆ ਆਇਆ ਨਹੀਂ ਹੈਗਾ। ਕਿਹੜੀ ਸਰਕਾਰ ਦੀ ਗੱਲ ਕਰ ਰਹੇ ਹੋ? ਇਸ ਤੋਂ ਹੁਣ ਤਾਂ ਮੌਜੂਦਾ ਚੰਨੀ ਸਰਕਾਰ ਹੈ, ਅਤੇ ਉਦੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸੀਗੇ ਮੁੱਖ ਮੰਤਰੀ, ਕਿਹਨਾਂ ਦੀ ਵੇਲੇ ਦੀ ਗੱਲ ਕਰ? ਹਾਂਜੀ, ਕੈਪਟਨ ਅਮਰਿੰਦਰ ਨੇ ਪਾਏ ਸੀਗੇ 2 ਲੱਖ ਰੁਪਏ ਪਾਏ ਸੀ। ਸਾਨੂੰ ਦੱਸਿਆ ਵੀ ਤੁਹਾਡੇ ਪੈਸੇ ਆ ਚੁੱਕੇ ਆ, ਪਰ ਸਾਡੇ ਤੱਕ ਪਹੁੰਚੇ ਨਹੀਂ ਗੇ, ਉਹ ਮੁੱਕਰ ਗਏ, ਸਾਡੇ ਦਫ਼ਤਰ ਵਾਲੇ ਕਹਿੰਦੇ ਵੀ ਨਹੀਂ ਆਏ ਹੈਗੇ। ਅਸੀਂ MC ਕੋਲ ਜਾ ਕੇ ਆਏ, MC ਕਹਿੰਦਾ ਵੀ ਦਫ਼ਤਰ ਜਾਓ ਉੱਥੇ, ਅਸੀਂ ਕਚਹਿਰੀਆਂ ਦਫ਼ਤਰ ਜਾ ਕੇ ਆਏ, ਉਹਨਾਂ ਨੇ ਸਾਫ਼ ਮਨਾ ਕਰਤਾ ਸਾਨੂੰ, ਉਹ ਕਹਿੰਦੇ ਤੁਸੀਂ ਆਇਓ ਨਾ, ਜਦੋਂ ਆਓਗੇ ਅਸੀਂ ਭੇਜ ਦਾਂਗੇ। 6-7 ਮਹੀਨੇ ਹੋ ਗਏ ਸਰ ਜੀ, ਵੀ ਹੁਣ ਇੰਨਾ ਟਾਈਮ ਥੋੜ੍ਹਾ ਨਾ ਲੱਗਦਾ। ਹਾਂਜੀ, ਇੰਨਾ ਟਾਈਮ ਥੋੜ੍ਹਾ ਨਾ ਲੱਗਦਾ ਜੀ। ਅਤੇ ਕੈਪਟਨ ਮਨਿੰਦਰ ਸਿੰਘ ਨੇ ਕੋਈ ਬੰਦੇ ਭੇਜੇ ਸੀਗੇ ਜਾਂ ਕੋਈ ਹੋਰ ਆਏ ਸੀਗੇ? ਹਾਂਜੀ ਸਰ, ਉੱਥੇ ਮਤਲਬ ਕਚਹਿਰੀਆਂ 'ਚੋਂ ਕੋਈ ਉਹਨਾਂ ਦਾ ਸਰਕਾਰੀ ਬੰਦਾ ਆਇਆ ਸੀਗਾ ਜੀ, ਉਹਨੇ ਸਾਨੂੰ ਦੱਸਤਾ ਤਾ ਵੀ ਤੁਹਾਡੇ ਪੈਸੇ ਆ ਚੁੱਕੇ ਆ। ਉਹਨਾਂ ਨੇ ਸਾਨੂੰ ਕਹਿਤਾ ਵੀ ਤੁਹਾਨੂੰ ਬੁਲਾਵਾਂਗੇ, ਫਿਰ ਸਾਨੂੰ ਬੁਲਾਇਆ ਵੀ, ਅਸੀਂ ਗਏ ਵੀ, ਸਾਨੂੰ ਫੋਨ ਵੀ ਆਇਆ, ਅਸੀਂ ਗਏ ਵੀ ਹਾਂ ਉੱਥੇ। ਫਿਰ ਕੋਈ ਕਾਗਜ਼ਾਤ ਤਾਂ ਮੈਂ ਤਾਂ ਪੜ੍ਹੀ ਲਿਖੀ ਹੈ ਨਹੀਂ ਗੀ, ਮੈਨੇ ਮੇਰੇ ਤੋਂ ਸਾਈਨ ਕਰਵਾਏ ਉਹਨਾਂ ਨੇ ਵੀ, ਫਿਰ ਸਾਈਨ ਕਰਵਾ ਕੇ ਫਿਰ ਉਹ ਪੇਪਰ ਅੰਦਰ ਲੈ ਗਏ ਆ, ਅਤੇ ਉੱਥੇ ਬਾਅਦ ਕਹਿੰਦੇ ਵੀ ਤੁਹਾਨੂੰ ਦੇਵਾਂਗੇ ਪੈਸੇ, ਅਤੇ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਹੈਗਾ ਉਹਨਾਂ ਨੇ। ਲੱਗਦਾ ਨਹੀਂ ਵੀ ਜਿਹੜੇ ਹੈਗੇ ਲੀਡਰ ਵਾਅਦੇ ਕਰ ਦਿੰਦੇ ਨੇ ਲੇਕਿਨ ਵਾਅਦੇ ਪੂਰੇ ਨਹੀਂ ਹੁੰਦੇ, ਹੋਰ ਵੀ ਲੋਕਾਂ ਨੂੰ ਵਾਅਦੇ ਕੀਤੇ ਜਾਂਦੇ ਨੇ, ਤੁਹਾਡੇ ਨਾਲ ਵੀ ਉਹੀ ਕੁਛ ਹੋਇਆ? ਹਾਂਜੀ, ਸਾਡੇ ਨਾਲ ਵੀ ਆਈ ਕੁਛ ਹੋਇਆ ਜੀ। ਸਰਕਾਰੀ ਬੰਦੇ ਹੋਰ ਵੀ ਆਏ ਅਤੇ ਸਾਨੂੰ ਕਹਿੰਦੇ ਅਤੇ ਤੁਹਾਨੂੰ ਇਹ ਚੀਜ਼ ਦੇ ਕੇ ਜਾਵਾਂਗੇ, ਇਹ ਦੇ ਕੇ ਐਡੇ ਐਡੇ ਵਾਅਦੇ ਕਰ ਗਏ ਜੀ, ਵੀਡੀਓ ਵੀ ਬਣਾ ਕੇ ਲੈ ਗਏ ਆ, ਪਰ ਉਹਨਾਂ ਨੇ ਕੁਛ ਨਹੀਂ ਕੀਤਾ ਹੈਗਾ ਜੀ। ਮੌਜੂਦਾ CM ਨੇ ਚਰਨਜੀਤ ਸਿੰਘ ਚੰਨੀ ਬੜੀ ਲੋਕਾਂ ਦੀ ਮਦਦ ਕਰ ਰਹੇ ਨੇ, ਆਪਾਂ ਅਕਸਰ ਉਹਨਾਂ ਦੀ ਵੀਡੀਓ ਦੇਖ ਰਹੇ ਹਾਂ। ਉਮੀਦ ਕਰਦੇ ਹਾਂ ਕਿ ਤੁਹਾਡੀ ਵੀ ਵੀਡੀਓ ਜਿਹੜੇ ਇਸ ਸਮੇਂ ਦੇਖ ਰਹੇ ਹੋਣਗੇ ਚੰਨੀ ਸਾਹਿਬ, ਮਦਦ ਤੁਹਾਡੇ ਤੱਕ ਜ਼ਰੂਰ ਜਿਹੜੀ ਹੈਗੀ ਹੈ। ਪੁਰਾਣੇ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਨੇ ਮਦਦ ਦਾ ਇਹ ਦੱਸ ਰਹੇ ਨੇ ਕਿ ਵਾਅਦਾ ਕੀਤਾ ਸੀਗਾ ਲੇਕਿਨ ਮਦਦ ਪਹੁੰਚੀ ਨਹੀਂ ਗਈ, ਮਦਦ ਕਿੱਥੇ ਰਹਿ ਗਈ, ਤਾਂ ਇੱਧਰ ਜਿਹੜੀ ਹੈਗੀ ਚੰਨੀ ਸਾਹਿਬ ਨੂੰ ਜ਼ਰੂਰ ਇਹਨਾਂ ਵੱਲ ਧਿਆਨ ਦੇਣਾ ਪਊਗਾ। ਅੱਛਾ, ਤੁਹਾਡੇ ਜਿਹੜੇ ਹੈਗੇ ਹੁਣ ਘਰ ਦਾ ਖਰਚਾ ਫਿਰ ਕਿਵੇਂ ਚੱਲਦਾ? ਲਵਪ੍ਰੀਤ ਕੀ ਕਰਦਾ ਹੁੰਦਾ? ਲਵਪ੍ਰੀਤ ਤਾਂ ਜੀ ਕੁਛ ਨਹੀਂ ਕਰਦਾ ਜੀ, ਹੁਣ ਕਿਉਂਕਿ ਸਕੂਲ ਜਾਂਦਾ ਏ, ਆਪਣਾ 12 ਵਜੇ ਜਾਂਦਾ, ਸ਼ਾਮੀ 5 ਵਜੇ ਆਉਂਦਾ, ਇਹ ਕੰਮ ਲੱਭ ਰਿਹਾ, ਇਹਨੂੰ ਕੰਮ ਹਾਲੇ ਮਿਲ ਨਹੀਂ ਰਿਹਾ ਹੈਗਾ। ਪੈਨਸ਼ਨ ਹੈ ਜੀ, ਮੈਨੂੰ ਤਾਂ ਪੈਨਸ਼ਨ ਲੱਗੀ ਨਹੀਂ ਹੈਗੀ, ਮੈਨੇ ਦੁਬਾਰਾ ਵੀ ਫਾਰਮ ਭਰਾ ਤਿਆ, ਦੋਨੇ ਬੱਚਿਆਂ ਨੂੰ ਪੈਨਸ਼ਨ ਆਉਂਦੀ ਹੈ ਜੀ, ਉਹਨਾਂ ਨਾਲ ਅਸੀਂ ਘਰ ਦਾ ਖਰਚਾ ਕਰਾ ਚੱਕ ਰਹੇ ਹਾਂ। ਪੈਨਸ਼ਨ ਨਾਲ ਘਰ ਦਾ ਗੁਜ਼ਾਰਾ ਚੱਲ ਜਾਂਦਾ, ਇੰਨੀ ਕੁ ਜਿਹੜੀ ਹੈਗੀ ਹੈ ਪੈਨਸ਼ਨ ਵੀ ਕਿੰਨੀ ਕੁ ਹੋਊਗੀ, ਕਿਉਂਕਿ ਸਿਲੰਡਰ ਬੜਾ ਮਹਿੰਗਾ, ਤਕਰੀਬਨ 1000 ਦੇ ਨੇੜੇ ਤੇੜੇ ਦਾ ਸਿਲੰਡਰ ਹੋਇਆ ਪਿਆ। ਹਾਂਜੀ ਹਾਂਜੀ, ਇੱਕ ਭਾਜੀ ਨੇ ਬਾਹਰੋਂ ਉਹ ਸਾਨੂੰ 1500 ਰੁਪਇਆ ਹੀ ਮਹੀਨਾ ਭੇਜ ਦਿੰਦੇ ਹੈ। ਹਾਂਜੀ, ਉਹਨਾਂ ਨਾਲੇ ਹੁਣ 2 ਮਹੀਨੇ ਹੋ ਗਏ, ਅਸੀਂ ਬਹੁਤ ਮੁਸ਼ਕਿਲ ਨਾਲ ਘਰ ਦਾ ਖਰਚਾ ਚਲਾਉਂਦੇ ਹਾਂ, ਕਿਉਂਕਿ ਬੱਚਾ ਵੀ ਵਿਹਲਾ ਬੈਠਾ ਹੈ ਘਰ, ਇਹ ਵੀ ਕੰਮ ਦੇਖਦਾ, ਇਹਨੂੰ ਵੀ ਕੋਈ ਕੰਮ ਨਹੀਂ ਮਿਲ ਰਿਹਾ ਹੈਗਾ। ਅੱਛਾ, ਇੱਕ ਜਦੋਂ ਅਸੀਂ ਵੀਡੀਓ ਕਰੀ ਸੀਗੀ ਉਦੋਂ ਬਾਅਦ ਇੱਕ ਬੜੀ ਵਾਇਰਲ ਹੋਈ ਸੀ ਗੱਲ ਵੀ ਕਰਨ ਔਜਲਾ ਨੇ ਪਹੁੰਚ ਕੀਤੀ ਹੈ ਤੁਹਾਡੇ ਤੱਕ ਮਦਦ ਲਈ, ਉਹਨਾਂ ਨੇ ਉਹ ਮਦਦ ਲਈ ਆਏ ਨੇ ਤੁਹਾਡੇ ਕੋਲ? ਨਹੀਂ ਜੀ, ਕੋਈ ਨਹੀਂ ਆਇਆ ਹੈਗਾ ਸਾਨੂੰ ਜੀ। ਉੱਦਾਂ ਕਹਿੰਦੇ ਵੀ ਸਾਨੂੰ 1 ਲੱਖ ਰੁਪਇਆ ਦਿੱਤਾ ਕਰਨ ਔਜਲੇ ਨੇ, ਕੋਈ ਹੈਲਪ ਨਹੀਂ ਆਈ ਸਾਨੂੰ, ਬੱਚਿਆਂ ਨੂੰ ਸਾਡੇ ਨੂੰ ਬਹੁਤ ਪਰੇਸ਼ਾਨ ਕੀਤਾ ਲੋਕਾਂ ਨੇ, ਕਹਿੰਦੇ ਵੀ ਤੈਨੂੰ ਕੰਮ ਕਰਨ ਦੀ ਕੀ
इन्ना परेशान किया जी उन्होंने लोगों ने सानू, पर सानू करन औजले ने कोई हेल्प नहीं की हैगी। की लोग कहंदे ने उत्थे जदों लवप्रीत जांदा ते? हाँ जी, इहनू कहंदे वी तैनू काम करन दी की लोड़ है, तू घर बैठे मंडी जांदा तां सब्जी लांदा तां लोग परेशान करदे ते इन्ना मजाक उड़ांदे सीगे वी करन औजले ने तैनू इन्ने पैसे भेजते तू घर बैठ, फिर आके मैनू दसदा तां मम्मी मैनू लोग बहुत बोलदे आ मेरा मजाक उड़ांदे आ वी करन औजले दे पैसे भेजे तू घर बैठ काम ना कर। लवप्रीत नूं वी करी दुबारा पुछदे आ, लवप्रीत सवेरे तुसीं मंडी जांदे हो हुण कि नहीं जांदे? नहीं हुण नहीं जांदा, पहला किसे को लग्या होया सीगा जी 4 बजे जांदा सीगा। अच्छा, हाँ जी। इन्नी सवेरे उठ पैंदे सीगे? हाँ जी, मम्मी ठाल दिंदे सीगे, फिर जां उहने उहने हुण 4 बजे बुलाउण लग गया सीगा ठंड च, उहने हुण पैसे भी नहीं दित्ते। अच्छा, हाँ जी। महीना लगा लिया ते तुहाडे पैसे भी नहीं तुहाडे दित्ते? की क्यों नहीं दित्ते पैसे? पता नहीं जी, कहिंदा काम करी जा। अच्छा, हाँ जी। स्कूल दे टाइम भेजदा नहीं सीगा, लेट कर दंदा, लेट करन 12 बजे लेट हो जांदा सीगा जी, फिर उत्थों असीं हटा लिया। अच्छा, लेट हो जांदा था लेट। पैसे क्यों नहीं उन्हें दित्ते है? दित्ते उन्हें जी हैगे, पता नहीं जी, असीं तां उहनूं इन्नी वारी कह लिया वी सानूं पैसे दे दो, दे दूंगा, मेरे पर ला दो, कहिंदे दुबारा लगा दो, असीं पैसे दे दे, मैंने दुबारा भी लगा दिया जी, पर नहीं दित्ते पैसे उन्हें। ਤੁਸੀਂ ਸ਼ਿਕਾਇਤ ਨਹੀਂ ਕੀਤੀ ਕਿਸੇ ਨੂੰ? ਕਿਉਂਕਿ ਹੁਣ ਤਾਂ ਕਾਨੂੰਨ ਵੀ ਇਸ ਤਰ੍ਹਾਂ ਦਾ ਵੀ ਜਿਹੜੇ ਹੈਗੇ ਜੇ ਕਿਸੇ ਦਾ ਹੱਕ ਨਹੀਂ ਰੱਖ ਸਕਦਾ, ਲੇਬਰ ਕੋਰਟ 'ਚ ਵੀ ਆਪਾਂ ਜਾ ਸਕਦੇ? ਸਾਨੂੰ ਪਤਾ ਲੱਗਿਆ ਸੀ ਉੱਦਾਂ ਸਿੱਖ ਵੀਰ ਨੂੰ, ਅਸੀਂ ਗਿਆਨੀਆਂ ਨੂੰ ਗੱਲ ਕੀਤੀ ਸੀਗੀ, ਫਿਰ ਅਸੀਂ ਗੱਲ ਕੀਤੀ ਹੋ ਸੀਗੀ, ਸਾਨੂੰ ਪਤਾ ਲੱਗਿਆ ਉਹਨਾਂ ਦੇ ਬੱਚੇ ਦੀ ਡੈਥ ਹੋ ਗਈ ਹੈ, ਫਿਰ ਇਸ ਕਰਕੇ ਅਸੀਂ ਦੁਬਾਰਾ ਪੈਸੇ ਲੈਣ ਨਹੀਂ ਗਏ, ਫਿਰ ਸਿੱਖਾਂ ਨੂੰ ਵੀ ਗੱਲ ਨਹੀਂ ਕੀਤੀ ਅਸੀਂ, ਅਸੀਂ ਕਿਹਾ ਵੀ ਐਡਾ ਵੱਡਾ ਕੰਮ ਹੋ ਗਿਆ ਉਹਨਾਂ ਨਾਲ, ਫਿਰ ਅਸੀਂ ਦੁਬਾਰਾ ਪੈਸਿਆਂ ਨੂੰ ਨਹੀਂ ਕਿਹਾ ਉਹਨਾਂ ਨੂੰ। ਇਸ ਉਮਰ ਦੇ ਬੱਚੇ ਸਵੇਰੇ ਸਵੇਰੇ ਸੁੱਤੇ ਹੁੰਦੇ ਨੇ ਕਿਉਂਕਿ ਉੱਠਣ ਨੂੰ ਕਿਸੇ ਦਾ ਜੀ ਨਹੀਂ ਕਰਦਾ, ਅਸੀਂ ਸਿਆਣੇ ਵੀ ਜਿਹੜੇ ਹੈਗੇ ਛੇਤੀ ਛੇਤੀ ਬਿਸਤਰੇ ਛੱਡਣ ਨੂੰ ਤਿਆਰ ਨਹੀਂ ਹੁੰਦੇ, ਲੇਕਿਨ ਲਵਪ੍ਰੀਤ ਕਿਵੇਂ ਨਿਕਲਦਾ ਇੰਨੀ ਸਵੇਰੇ? ਹਾਂਜੀ, ਜਦ ਇੱਕ ਹਾਕ 'ਤੇ ਉੱਠ ਕੱਢਦਾ ਤਾ ਜੀ, ਇਹਨੂੰ ਪਤਾ ਮੈਨੇ ਕੰਮ 'ਤੇ ਜਾਣਾ ਹੈ, ਸਵੇਰੇ ਇੱਕ ਹਾਕ ਮਾਰੋ ਤਾਂ ਜਲਦੀ। ਹਾਂਜੀ, ਘਰ ਦੀ ਮਜਬੂਰੀ ਕਰਕੇ ਥੋੜ੍ਹਾ ਜਿਹਾ ਇਹਨੂੰ ਉੱਠਣਾ ਪੈਂਦਾ ਤਾ ਜੀ। ਅੱਛਾ, ਲਵਪ੍ਰੀਤ ਦੁਬਾਰਾ ਪੁੱਛਾਂਗੇ ਕਰਨ ਔਜਲੇ ਬਾਰੇ, ਕੀ ਲੋਕ ਕਹਿੰਦੇ ਨੇ ਤੈਨੂੰ ਵੀ ਕਿੰਨੀ ਕੁ ਮਦਦ ਮਿਲੀ ਆ? ਕਹਿੰਦੇ 1 ਲੱਖ ਰੁਪਏ ਦੇ ਤਾ, 2 ਲੱਖ ਦੇ ਤਾ, ਕੋਈ ਕਿੰਨੇ ਕਹਿੰਦਾ, ਕਹਿ ਦਿੰਦੇ ਆ ਵੀ ਪੈਸੇ ਦਿੱਤੇ ਆ ਤੂੰ ਘਰਿਓ ਬਹਿ ਜਾ ਕਰ, ਕਹਿੰਦੇ ਤੈਨੂੰ ਕੋਈ ਲੋੜ ਹੈ ਕਮਾਉਣ ਦੀ? ਅੱਛਾ, ਜਦੋਂ ਵੀਡੀਓ ਆਪਾਂ ਤੁਹਾਡੀ ਕਰੀ ਸੀ ਉਹਨਾਂ ਨੇ ਕੋਈ ਫੋਨ ਵਗੈਰਾ ਕਰਿਆ ਸੀ ਕਰਨ ਔਜਲਾ ਨੇ ਤੁਹਾਨੂੰ? ਨਾ ਜੀ, ਕੋਈ ਫੋਨ ਨਹੀਂ ਭੇਜੇ। ਅੱਛਾ, 2 ਮੁੰਡੇ ਭੇਜੇ ਤੇ ਉਹਨਾਂ ਨੇ ਸਾਡੇ ਕੋਲ ਵੀ ਜਾ ਕੇ ਆਓ ਵੀ ਕਰਨ ਔਜਲੇ ਨੇ ਭੇਜਿਆ ਮੈਨੂੰ ਵੀ ਉਹਨਾਂ ਦਾ ਘਰ ਬਾਰ ਦੇਖ ਕੇ ਆਓ ਕਿੱਦਾਂ ਦਾ, ਉਹਨਾਂ ਨਾਲ ਗੱਲਬਾਤ ਕਰਕੇ ਆਓ ਵੀ ਅਸੀਂ ਹੈਲਪ ਭੇਜੂਗੇ, ਸਾਡਾ ਕੋਈ ਬੰਦਾ ਆਊਗਾ ਤੁਹਾਨੂੰ ਮਤਲਬ ਹੈਲਪ ਕਰਕੇ ਜਾਊਗਾ ਤੁਹਾਡੀ, ਵੀ ਸਾਡੇ ਤੱਕ ਉਹਨਾਂ ਦਾ ਕਰਨ ਔਜਲੇ ਦਾ ਕੋਈ ਬੰਦਾ ਨਹੀਂ ਆਇਆ ਹੈਗਾ। ਤਾਂ ਇੱਕ ਵਾਰ ਦੁਬਾਰਾ ਪੁੱਛਾਂਗੇ, ਜਿਹੜੀ ਉੱਤੇ ਤੁਹਾਡੀ 66 KV ਲਾਈਨਾਂ ਨਿਕਲਦੀਆਂ ਨੇ ਬਿਜਲੀ ਦੀਆਂ, ਇਹਦੀ ਤੁਸੀਂ ਕਦੀ ਸ਼ਿਕਾਇਤ ਨਹੀਂ ਕੀਤੀ ਹੈਗੀ? ਬੜੇ ਤਾਂ ਖਤਰੇ ਦੇ ਨੀਚੇ ਤੁਸੀਂ ਰਹਿ ਰਹੇ ਹੋ। ਹਾਂਜੀ, ਕੀਤੀ ਹੈ, ਮੇਰੀ ਵੱਡੀ ਕੁੜੀ ਦੀ ਡੈਥ ਹੋ ਗਈ ਹੈ, ਇਸ ਤਾਰ ਨਾਲੇ ਡੈਥ ਹੋ ਗਈ, ਕੋਠੇ ਪੈ ਗਈ ਸੀ, ਮਤਲਬ ਬਹੁਤ ਉੱਚੀ ਤਾਰ ਨਾਲ ਹੀ ਖਿੱਚ ਲਿਆ ਸੀਗਾ ਜੀ ਮੇਰੀ ਲੜਕੀ ਨੂੰ ਜੀ, ਇਸ ਕਰਕੇ ਅਸੀਂ ਕੰਪਲੇਨ ਵੀ ਕੀਤੀ, ਉਹ ਸਾਨੂੰ ਖੁਦ ਕਹਿੰਦੇ ਤੁਸੀਂ ਆਪ ਜ਼ਿੰਮੇਵਾਰ ਹੈ, ਉਹਨਾਂ ਨੇ ਕੋਈ ਵੀ ਐਕਸ਼ਨ ਨਹੀਂ ਲਿਆ ਹੈਗਾ। ਬਿਜਲੀ ਬੋਰਡ ਦੇ ਅਧਿਕਾਰੀਆਂ ਨੇ? ਹਾਂਜੀ, ਅਸੀਂ ਜਿੱਥੋਂ ਮਤਲਬ ਤਾਰ ਆਉਂਦੀ ਉੱਥੇ ਗਏ ਸੀਗੇ ਜੀ ਸਾਡੇ ਘਰ ਦੇ, ਪਰ ਉਹਨੂੰ ਕਹਿੰਦੇ ਵੀ ਆਪ ਜ਼ਿੰਮੇਵਾਰ, ਅਸੀਂ ਕੁਛ ਨਹੀਂ ਕਰ ਸਕਦੇ। ਹੋਰ ਲੋਕ ਨਹੀਂ ਇੱਥੋਂ ਗਏ ਹੈਗੇ ਕਦੀ ਇਕੱਠੇ ਹੋ ਕੇ ਵੀ ਹਾਂ ਅਸੀਂ ਵੀ ਜਿਹੜੀ ਹੈਗੀ ਹੈ ਉੱਤੋਂ ਲਾਈਨ ਜਿਹੜੀ ਹੈਗੀ ਚੁਕਾ ਦੀ? ਜਾਂਦੇ ਹਾਂ ਜੀ, ਜਾਂਦੇ ਕੋਈ ਹਾਦਸਾ ਹੋ ਜਾਂਦਾ, ਕੋਈ ਨਾ ਕੋਈ ਹੁਣ 6 ਮਹੀਨੇ ਸਾਲ ਮਗਰੋਂ ਕੋਈ ਨਾ ਕਿਸੇ ਨਾ ਕਿਸੇ ਦੀ ਡੈਥ ਹੋ ਜਾਂਦੀ ਹੈ, ਅਤੇ ਜਾਂਦੇ ਆ ਪਰ ਕੁਛ ਨਹੀਂ, ਕੋਈ ਐਕਸ਼ਨ ਨਹੀਂ ਲੈਂਦੇ ਹੈਗੇ। ਤਾਂ ਕੈਮਰਾਮੈਨ ਨੂੰ ਇੱਕ ਵਾਰੀ ਕਹੂੰਗਾ ਕਿ ਤਸਵੀਰਾਂ ਜ਼ਰੂਰ ਦਿਖਾਉਣ, ਉੱਤੋਂ ਕਿੰਨੀ ਵੱਡੀ 66 KV ਦੀ ਲਾਈਨ ਇਸ ਘਰ ਦੇ ਉੱਤੋਂ ਨਿਕਲ ਰਹੀ ਹੈ, ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਜਿਹੜੀ ਵੱਡੀ ਬੇਟੀ ਸੀ ਇਹ ਉਹ ਵੀ ਇਸੇ ਦੀ ਚਪੇਟ 'ਚ ਆਈ ਆ, ਜਿਹਦੇ ਨਾਲ ਉਹਦੀ ਮੌਤ ਹੋ ਚੁੱਕੀ ਸੀ। ਆਲੇ ਦੁਆਲੇ ਜੇ ਸਰਵੇ ਕਰੀਏ ਤਾਂ ਇੱਥੋਂ ਨਿਕਲਣ ਵਾਲੇ ਬਹੁਤ ਲੋਕਾਂ ਦੀ ਜਿਹੜੀ ਹੈਗੀ ਹੈ ਜਾਨ ਗਵਾ ਚੁੱਕੇ ਨੇ ਜਾਂ ਇਹਦੀ ਚਪੇਟ ਆਉਣ ਕਾਰਨ ਜ਼ਖਮੀ ਹੋਏ ਨੇ। ਬੜੀਆਂ ਅਸੀਂ ਵੀ ਨੀਚੇ ਬੈਠੇ ਹਾਂ, ਡਰ ਬਹੁਤ ਲੱਗ ਰਿਹਾ ਕਿਉਂਕਿ ਅਕਸਰ ਇਹੀ ਸੁਣਿਆ ਜਾਂਦਾ ਕਿ ਜਿਹੜੀ 66 KV ਹੈ ਦੂਰੋਂ ਦੂਰ ਤੋਂ ਹੀ ਕੁਝ ਹੀ ਫੁੱਟ ਤੋਂ ਜਿਹੜੀ ਹੈ ਕਿ ਖਿੱਚ ਲੈਂਦੀ ਹੈ। ਅਸੀਂ ਬੈਠੇ ਹਾਂ ਨੀਚੇ, ਪਰ ਇੱਕ ਤਰ੍ਹਾਂ ਨਾਲ ਅਸੀਂ ਵੀ ਜਿਹੜੀ ਹੈਗੇ ਖਤਰੇ ਦੇ ਹੇਠਾਂ ਬੈਠੇ ਹਾਂ। ਇਸ ਤੋਂ ਇਲਾਵਾ ਹੋਰ ਪੁੱਛਾਂਗੇ, ਲਵਪ੍ਰੀਤ ਪੜ੍ਹਨ ਨੂੰ ਤੋਂ ਇਲਾਵਾ ਬਾਕੀ ਬੱਚਿਆਂ ਵਾਂਗੂ ਦਿਲ ਨਹੀਂ ਕਰਦਾ ਵੀ ਮੈਂ ਵੀ ਖੇਡਿਆ ਕਰਾਂ? ਬੱਚੇ ਜਿਹੜਾ ਹੈਗਾ ਖੇਡਣ ਨੂੰ ਤਾਂ ਦਿਲ ਕਰਦਾ ਜੀ, ਪਰ ਘਰ ਦੇ ਹਾਲਾਤ ਦੇਖ ਕੇ ਹੀ ਕੰਮ ਕਰਨ ਨੂੰ ਜੀ ਕਰ। ਤੇ ਦੁਬਾਰਾ ਆਪਾਂ ਇੱਕ ਵਾਰੀ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕੀ ਹੋਇਆ ਸੀ ਪਾਪਾ ਨੂੰ ਉਸ ਸਮੇਂ? ਲੀਵਰ ਕਿਡਨੀਆਂ ਖਰਾਬ ਹੋ ਗਈ ਸੀਗੀ, ਪਾਣੀ ਭਰ ਗਿਆ ਸੀ ਸਰੀਰ 'ਚ। ਹਾਂਜੀ, ਤੁਸੀਂ ਰੇੜੀ ਵਗੈਰਾ ਵੀ ਤੁਸੀਂ ਆਪ ਵੀ ਲਾਉਂਦੇ ਰਹੇ ਹੋ, ਰੇੜੀ ਫਿਰ ਕਿਉਂ ਛੱਡਤੀ ਤੁਸੀਂ ਲਗਾਉਣੀ? ਸਬਜ਼ੀਆਂ ਵੀ ਮਹਿੰਗੀਆਂ ਹੋ ਗਈਆਂ ਸੀਗੀਆਂ, ਅਤੇ ਸਕੂਲ ਦਾ ਟਾਈਮ ਵੀ ਔਖਾ ਹੋ ਗਿਆ ਸੀਗਾ, 12 ਵਜੇ ਸਕੂਲ ਜਾਂਦਾ ਸੀ, ਸ਼ਾਮ ਨੂੰ 5 ਵਜੇ ਆਉਂਦਾ ਸੀ। ਹੁਣ ਤਾਂ 9 ਵਜੇ ਹੋ ਗਿਆ ਸਕੂਲ ਦਾ ਟਾਈਮ? ਨਹੀਂ, 12 ਵਜੇ। ਹਾਂਜੀ, ਠੀਕ ਹੈ, ਹਾਂਜੀ।
ਤਾਂ ਇਹ ਸੀ ਲਵਪ੍ਰੀਤ ਦੀ ਸਟੋਰੀ ਜਿਹੜੀ ਅਸੀਂ ਤੁਹਾਨੂੰ ਅਸੀਂ ਆਪਣੇ ਚੈਨਲ 'ਤੇ ਤਕਰੀਬਨ 5-6 ਮਹੀਨੇ ਪਹਿਲਾਂ ਦਿਖਾਈ ਸੀ ਲੋਕਡਾਊਨ ਦੇ ਦਰਮਿਆਨ। ਇਹ ਉਹ ਬੱਚਾ ਲਵਪ੍ਰੀਤ ਹੈ ਜਿਹੜਾ ਸਬਜ਼ੀ ਦੀ ਰੇਹੜੀ ਲਗਾ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ, ਖੁਦ ਪੜ੍ਹਦਾ ਸੀਗਾ। ਹੁਣ ਵੀ ਇਹਨਾਂ ਨੇ ਦੱਸਿਆ ਕਿ ਸਵੇਰੇ 4 ਵਜੇ ਮੰਡੀ 'ਚ ਜਾਂਦਾ ਸੀ। 4 ਵਜੇ ਮੰਡੀ 'ਚ ਜਾਣਾ ਬੜਾ ਔਖਾ, ਕਿਉਂਕਿ ਸਰਦੀਆਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਬੜਾ ਮੁਸ਼ਕਲ ਲੱਗਦਾ। ਇਹਦੇ ਨਾਲ ਦੇ ਬੱਚੇ ਜਾਂ ਸਾਡੇ ਵਰਗੇ ਵੀ ਬਿਸਤਰਾ ਛੱਡਣ ਨੂੰ ਤਿਆਰ ਨਹੀਂ ਹੁੰਦੇ, ਲੇਕਿਨ ਇਹ ਬੱਚਾ ਇੰਨਾ ਮਿਹਨਤੀ ਹੈ ਕਿ ਸਵੇਰੇ 4 ਵਜੇ ਉੱਠ ਕੇ ਮੰਡੀ ਜਾਂਦਾ ਸੀਗਾ। ਪਰ ਇਹਨੂੰ ਜਿਹੜਾ ਹੈਗਾ ਉਹਦਾ ਬਣਦਾ ਹੱਕ ਨਹੀਂ ਦਿੱਤਾ ਜਿੱਥੇ ਇਹ ਕੰਮ ਕਰਦਾ ਸੀਗਾ। 2500-2600 ਰੁਪਈਆ ਦੱਸ ਰਹੇ ਨੇ ਕਿ ਜਿਹੜਾ ਹੈਗਾ ਉਹਨੇ ਰੱਖ ਲਿਆ ਬੰਦੇ ਨੇ। ਬੜਾ ਅਜੀਬ ਜਿਹਾ ਲੱਗਦਾ ਕਿ ਇਹਨੇ ਛੋਟੇ ਬੱਚੇ ਤੋਂ ਕੰਮ ਵੀ ਲਿਆ ਅਤੇ ਪੈਸੇ ਵੀ ਨਹੀਂ ਦਿੱਤੇ ਹੈਗੇ। ਬੜਾ ਇੱਥੇ ਦੁੱਖ ਪ੍ਰਗਟ ਹੁੰਦਾ। ਇਸ ਤੋਂ ਇਲਾਵਾ ਹੋਰ ਇੱਕ ਜਿਹੜੀ ਹੈਗੀ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜਦੋਂ ਮੁੱਖ ਮੰਤਰੀ ਸੀਗੇ ਉਹ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਇਹਨਾਂ ਤੱਕ 2 ਲੱਖ ਦੀ ਇਹਨਾਂ ਦੀ ਵੀਡੀਓ ਦੇਖਣ ਤੋਂ ਬਾਅਦ ਮਦਦ ਦੀ ਜਿਹੜੀ ਹੈਗੀ ਪੇਸ਼ਕਸ਼ ਕੀਤੀ ਸੀ। ਇਹਨਾਂ ਤੱਕ ਜਿਹੜੀ ਹੈਗੀ ਹੈ ਸਰਕਾਰੀ ਅਧਿਕਾਰੀਆਂ ਨੇ ਪਹੁੰਚ ਵੀ ਕੀਤੀ ਕਿ ਤੁਹਾਡੇ ਤੱਕ 2 ਲੱਖ ਦੀ ਮਦਦ ਪਹੁੰਚੂਗੀ, ਲੇਕਿਨ ਇਹਨੂੰ ਜਿਹੜਾ ਹੈਗਾ ਮੀਡੀਆ 'ਚ ਹਾਈਲਾਈਟ ਨਾ ਕੀਤਾ ਜਾਵੇ ਇਸ ਮਾਮਲੇ ਨੂੰ। ਇਹਨਾਂ ਨੇ ਗੱਲ ਜਿਹੜੀ ਹੈਗੀ ਹੈ ਜ਼ਰੂਰ ਆਪਣੇ ਤੱਕ ਰੱਖੀ। ਜ਼ਾਹਿਰ ਜੀ ਗੱਲ ਹੈ ਕਿ ਕਿਉਂ ਮਦਦ ਹੋਣੀ ਬਹੁਤ ਜ਼ਰੂਰੀ ਸੀ। ਦਾਨੀ ਸੱਜਣਾਂ ਨੇ ਵੀ ਬਹੁਤ ਜਿਹੜੀ ਹੈਗੀ ਹੈ ਬਾਹਰੋਂ ਦੇਸ਼ਾਂ ਵਿਦੇਸ਼ਾਂ 'ਚੋਂ ਬਹੁਤ ਮਦਦ ਕਰੀ, ਅੱਛੀ ਖਾਸੀ ਮਦਦ ਕਰੀ, ਲੇਕਿਨ ਜਿਹੜੀ ਹੈਗੀ ਹੈ ਸਰਕਾਰੀ ਮਦਦ, ਪੈਨਸ਼ਨ ਜ਼ਰੂਰ ਲੱਗੀ ਇਹਨਾਂ ਦੀ ਜਿਹੜੀ ਹੈਗੀ ਹੈ, ਲੇਕਿਨ 2 ਲੱਖ ਦੀ ਜਿਹੜੀ ਮਦਦ ਉਹ ਕਿੱਥੇ ਰਹਿ ਗਈ, ਕਿਉਂ ਰਹਿ ਗਈ? ਤਾਂ ਮੌਜੂਦਾ ਚੰਨੀ ਸਾਹਿਬ ਨੂੰ ਅਪੀਲ ਹੈ ਕਿ ਇਸ ਬੱਚੇ ਦੀ ਜਿਹੜੀ ਹੈਗੀ ਹੈ 2 ਲੱਖ ਦੀ ਮਦਦ ਜਿਹੜੀ ਰੋਕੀ ਗਈ ਹੈ, ਕੈਪਟਨ ਅਮਰਿੰਦਰ ਸਿੰਘ ਵੇਲੇ ਅਨਾਊਂਸ ਕੀਤੀ ਸੀ, ਉਹ ਇਸ ਬੱਚੇ ਤੱਕ ਜ਼ਰੂਰ ਪਹੁੰਚਾਈ ਜਾਵੇ। ਅਖੀਰ ਵਿੱਚ ਇੱਕ ਸਵਾਲ ਰਹਿ ਗਿਆ ਸੀਗਾ, ਇਹਨਾਂ ਦੀ ਜਿਹੜੀ ਵੱਡੀ ਬੇਟੀ ਹੈ ਇਹ ਕੁਝ ਦੱਸ ਰਹੀ ਸੀ ਕਿ ਉਹ ਪੜ੍ਹਨਾ ਚਾਹੁੰਦੀ ਹੈ, ਉਹਦੇ ਬਾਰੇ ਅਸੀਂ ਜ਼ਰੂਰ ਪੁੱਛਾਂਗੇ। ਕਿਹੜੀ ਕਲਾਸ 'ਚ ਕਰ ਚੁੱਕੀ ਹੈ ਤੁਹਾਡੀ ਬੇਟੀ? ਹਾਂਜੀ, +2 ਕਰ ਚੁੱਕੀ ਹੈ ਜੀ, ਅੱਗੇ ਪੜ੍ਹਨਾ ਚਾਹੁੰਦੀ ਹੈ ਜੀ। ਹਾਂਜੀ, ਤੇ ਕੀ ਹੁਣ ਪੈਸੇ ਦੀ ਘਾਟ ਕਰਕੇ ਨਹੀਂ ਤੁਸੀਂ ਪੜ੍ਹਾ? ਪੈਸੇ ਦੀ ਘਾਟ ਹੈ ਜੀ, ਕਿਉਂਕਿ ਸਾਨੂੰ 2 ਲੱਖ ਰੁਪਏ ਦਾ ਉਹਨਾਂ ਨੇ ਕਿਹਾ ਸੀ ਵੀ 2 ਲੱਖ ਰੁਪਏ ਆ ਚੁੱਕਿਆ ਬੱਚਿਆਂ ਦੀ ਪੜ੍ਹਾਈ ਵਾਸਤੇ। ਅਸੀਂ ਬਹੁਤ ਧੱਕੇ ਖਾਏ ਉੱਥੇ ਕਚਹਿਰੀਆਂ 'ਚ ਜਾ ਕੇ, ਪਰ ਸਾਨੂੰ ਗੁੱਸੇ ਨਾਲ ਬੋਲਦੇ, ਫਿਰ ਇਸ ਕਰਕੇ ਅਸੀਂ ਜਾਣਾ ਛੱਡਤਾ ਹੁਣ ਉੱਥੇ। ਅਸੀਂ ਕਹਿੰਦੇ ਵੀ ਚਲੋ ਬੱਚੇ ਦੀ ਜ਼ਿੰਦਗੀ ਬਣ ਜੂਗੀ, ਅਸੀਂ ਗੁੱਡੀ ਨੂੰ ਆਪਣੀ ਨੂੰ ਬੜੀ ਗਾਹਾਂ ਲਾ ਦਾਂਗੇ ਜੀ। ਹਾਂਜੀ, BA ਕਰ ਲਈ, +2 ਕੀਤੀ ਹੈ। ਹਾਂਜੀ, ਗਾਹਾਂ ਪੜ੍ਹਨਾ ਚਾਹੁੰਦੀ ਜੀ। ਛੋਟੀ ਬੇਟੀ? ਛੋਟੀ ਬੇਟੀ ਪੜ੍ਹਦੀ ਹੈ ਜੀ, 6ਵੀਂ 'ਚ ਪੜ੍ਹਦੀ ਹੈ ਜੀ। ਹਾਂਜੀ, ਇਹਨਾਂ ਦੇ ਫੀਸ ਵੀ ਆਉਂਦੀ ਹੈ ਹੁਣ, ਪੇਪਰਾਂ ਦੇ ਪੈਸੇ 1500-1500 ਰੁਪਏ ਭਰਵਾ ਕੇ ਹਟੇ ਆ ਜੀ, ਪੇਪਰਾਂ ਦੀ ਫੀਸ ਆਉਂਦੀ ਹੈ ਜੀ। ਕਹਿੰਦੇ ਵੀ ਸਰਕਾਰੀ ਚਾਹੁੰਦੇ ਨਹੀਂ, ਪਰ ਆਉਂਦੀ ਹੈ ਜੀ। ਪੇਪਰਾਂ ਦੇ ਪੈਸੇ ਤਾਂ ਹੁਣ ਭਰਾਉਣੇ ਪੈਂਦੇ ਆ ਜੀ, ਹੁਣ ਇਹਦੇ ਭਰਾ ਕੇ ਹਟੇ ਆ 1500 ਰੁਪਏ ਜੀ। ਤਾਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਜਿਹੜੀ ਵੱਡੀ ਬੇਟੀ ਆ ਉਹ ਪੜ੍ਹਨਾ ਚਾਹੁੰਦੀ ਹੈ, ਲੇਕਿਨ ਪੈਸੇ ਦੀ ਘਾਟ ਕਰਕੇ ਇਹਨਾਂ ਨੂੰ ਉਮੀਦ ਸੀ ਕਿ 2 ਲੱਖ ਰੁਪਇਆ ਆਏਗਾ ਤਾਂ ਅਸੀਂ ਜਿਹੜੀ ਹੈਗੀ ਹੈ ਬੇਟੀ ਨੂੰ ਪੜ੍ਹਾ ਲਵਾਂਗੇ, ਲਿਖਾ ਲਵਾਂਗੇ, BA ਫਸਟ ਈਅਰ 'ਚ ਉਹਦੀ ਐਡਮਿਸ਼ਨ ਜਿਹੜੀ ਹੈਗੀ ਹੈ ਕਰਵਾ ਦੇਵਾਂਗੇ। ਇੱਥੇ ਜ਼ਰੂਰਤ ਹੈ ਮੌਜੂਦਾ ਸਰਕਾਰ ਨੂੰ, ਚੰਨੀ ਸਰਕਾਰ ਨੂੰ, ਮੁੱਖ ਮੰਤਰੀ ਨੇ ਕਿ ਉਹਨਾਂ ਦੀ ਜਿਹੜੀ ਹੈਗੀ ਹੈ ਬਣਦੀ ਮਦਦ ਜਿਹੜੀ ਰੋਕੀ ਗਈ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਨਾਊਂਸ ਕੀਤੀ ਸੀ, ਇਹਨਾਂ ਤੱਕ ਬਣਦੀ ਮਦਦ ਜ਼ਰੂਰ ਪਹੁੰਚਾਈ ਜਾਵੇ ਤਾਂ ਜੋ ਇਹ ਪਰਿਵਾਰ ਜਿਹੜੀ ਹੈਗੀ ਹੈ ਆਪਣੇ ਪੈਰਾਂ 'ਤੇ ਦੁਬਾਰਾ ਤੋਂ ਖੜ੍ਹਾ ਹੋ ਸਕੇ। ਤਾਂ ਲਵਪ੍ਰੀਤ ਕੋਲ ਜਿਹੜਾ ਹੈਗਾ ਉਹਦਾ ਫੋਨ ਨੰਬਰ ਜ਼ਰੂਰ ਜਾਣਨਾ ਚਾਹਾਂਗੇ। ਅਕਸਰ ਜਿਹੜੇ ਹੈਗੇ ਆ ਫੋਨ ਨੰਬਰ ਕਰਕੇ ਜਿਹੜੀ ਹੈਗੀ ਹੈ ਕਾਫੀ ਜਿਹੜੇ ਲੋਕ ਮਦਦ ਕਰਨੀ ਚਾਹੁੰਦੇ ਨੇ ਮਦਦ ਨਹੀਂ ਪਹੁੰਚਦੀ। ਲਵਪ੍ਰੀਤ ਆਪਣਾ ਫੋਨ ਨੰਬਰ ਜ਼ਰੂਰ ਦੱਸ ਦਿਓ ਆਪਣਾ। 9988-1792-9988-1792। ਤਾਂ ਲਵਪ੍ਰੀਤ ਨੇ ਆਪਣਾ ਫੋਨ ਨੰਬਰ ਦੱਸਤਾ ਕਿਉਂਕਿ ਪੁਰਾਣਾ ਫੋਨ ਨੰਬਰ ਇਹਨਾਂ ਦਾ ਜਿਹੜਾ ਹੈਗਾ ਮਿਸਪਲੇਸ ਹੋ ਗਿਆ ਸੀ ਅਤੇ ਜਿਹੜੇ ਹੈਗੇ ਕਿਸੇ ਨੇ ਚੱਕ ਲਿਆ ਸੀਗਾ। ਬੜੀ ਅਜੀਬ ਲੱਗਦੀ ਹੈ ਗੱਲ ਕਿ ਇਹਨੇ ਛੋਟੇ ਬੱਚੇ ਦਾ ਫੋਨ ਨੰਬਰ ਚੱਕ ਲਿਆ, ਮਦਦ ਪਹੁੰਚ ਰਹੀ ਸੀ ਪੁਰਾਣੇ ਨੰਬਰ ਕਰਕੇ। ਤਾਂ ਇੱਥੇ ਜਿਹੜੀ ਹੈਗੀ ਹੈ ਜ਼ਰੂਰਤ ਹੈ ਮੌਜੂਦਾ ਚੰਨੀ ਸਰਕਾਰ ਨੂੰ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਅਨਾਊਂਸ ਕੀਤਾ ਸੀ ਇਸ ਬੱਚੇ ਤੱਕ 2 ਲੱਖ ਮਦਦ ਪਹੁੰਚਾਉਣ ਦਾ, ਕਿਉਂਕਿ ਮੀਡੀਆ 'ਚ ਇਹਨਾਂ ਦੇ ਕਿਹਾ ਗਿਆ ਸੀ ਕਿ ਮੀਡੀਆ 'ਚ ਇਹ ਮਾਮਲਾ ਹਾਈਲਾਈਟ ਨਾ ਕੀਤਾ ਜਾਵੇ, ਇਸ ਕਰਕੇ ਇਹਨਾਂ ਨੇ ਪਰਿਵਾਰ ਨੇ ਕਿਸੇ ਨੂੰ ਦੱਸਿਆ ਨਹੀਂ ਕਿ 2 ਲੱਖ ਦੀ ਮਦਦ ਜਿਹੜੀ ਹੈਗੀ ਹੈ ਪਹੁੰਚਣੀ ਹੈ। ਮਦਦ ਕਿੱਥੇ ਰਹਿ ਗਈ, ਕਿਉਂ ਰਹਿ ਗਈ, ਇਹ ਹੁਣ ਸੋਚਣ ਦੀ ਗੱਲ ਹੈ। ਤਾਂ ਉਮੀਦ ਕਰਦੇ ਹਾਂ ਕਿ ਚੰਨੀ ਸਾਹਿਬ ਜ਼ਰੂਰ ਇਸ ਜਿਹੜੀ ਹੈਗੀ ਹੈ ਬੱਚੇ ਦੀ ਮਦਦ ਕਰਨੀ ਚਾਹਣਗੇ, ਕਿਉਂਕਿ ਇਹ ਜਿਹੜਾ ਹੈਗਾ ਪੜ੍ਹਨਾ ਚਾਹੁੰਦਾ, ਆਪਣੀ ਭੈਣ ਨੂੰ ਵੀ ਪੜ੍ਹਾਉਣਾ ਚਾਹੁੰਦਾ ਹੈ। ਕੈਮਰਾਮੈਨ ਦਲਵੀਰ ਪੰਧੇਰ ਦੇ ਨਾਲ ਲਖਵਿੰਦਰ ਲੱਕੀ ਖੰਨਾ। ਆਖਰੀ ਮੌਕਾ ਉਹ ਸਟੂਡੈਂਟਸ ਵਾਸਤੇ ਜਿਨ੍ਹਾਂ ਦੀ ਐਪਲੀਕੇਸ਼ਨ ਕੈਨੇਡਾ ਲਈ ਪਹਿਲੇ ਰਿਜੈਕਟ ਹੋ ਚੁੱਕੀ ਹੈ, ਕੋਰਸ ਪ੍ਰੋਗਰੈਸ਼ਨ ਨਹੀਂ ਸੀ ਜਾਂ ਕੋਰਸ ਰੈਲੇਵੈਂਸੀ ਨਾ ਹੋਣ ਕਰਕੇ ਰਿਜੈਕਟ ਹੋ ਚੁੱਕੀ ਹੈ, ਫੋਨ ਚੱਕੋ, ਕਾਲ ਕਰੋ 90419-90419। ਹੁਣ ਇਹ ਆਖਰੀ ਮੌਕਾ ਗਵਾ ਨਾ ਲੈਣਾ।